ਪੰਜਾਬ ਕੇ ਵਿਧਾਨ ਸਭਾ ਚੁਣਾਵ ਮੇਂ ਬੁਰੀ ਤਰ੍ਹਾਂ ਸ਼ਿਕਸਤ ਖਾਨੇ ਕੇ ਬਾਅਦ ਅਬ ਸ਼੍ਰੋਮਣੀ ਅਕਾਲੀ ਦਲ ਨੇ ਆਗਾਮੀ ਲੋਕ ਸਭਾ ਚੁਣਾਵ ਕੇ ਲਿਏ ਕਮਰ ਕਸਨੀ ਸ਼ੁਰੂ ਕਰ ਦੀ ਹੈ। ਪਾਰਟੀ ਨੇ ਸੰਗਠਨ ਕੋ ਮਜ਼ਬੂਤ ਕਰਨੇ ਕੇ ਲਿਏ ਇੱਕ ਨਿਆ ਪਲਾਨ ਤਿਆਰ ਕੀਆ ਹੈ। ਇਸ ਪਲਾਨ ਕੇ ਤਹਿਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯੁਵਾਓਂ ਮਹਿਲਾਓਂ ਕੇ ਸਾਥ ਸਾਥ ਸਮਾਜ ਕੇ ਅਨਿਆ ਵਰਗੋਂ ਕੋ ਪਾਰਟੀ ਮੇਂ ਅਧਿਕ ਸਥਾਨ ਦੇਣੇ ਕੇ ਉਦੇਸ਼ਯ ਸੇ ਕਈ ਮਹੱਤਵਪੂਰਨ ਬਦਲਾਵੋਂ ਕੀ ਘੋਸ਼ਣਾ ਕੀ ਹੈ। ਉਨ੍ਹੋਂਨੇ ਐਲਾਨ ਕੀਆ ਕਿ ਪਾਰਟੀ ਅਬ ਸੇ ਏਕ ਪਰਿਵਾਰ ਏਕ ਟਿਕਟ ਕੇ ਸਿਧਾਂਤ ਕਾ ਪਾਲਨ ਕਰੇਗੀ। ਬਾਦਲ ਨੇ ਕਿਹਾ ਕਿ ਸਰਕਾਰ ਬਣਨੇ ਪਰ ਪਾਰਟੀ ਕਾਰਜਕਰਤਾਓਂ ਕੋ ਜ਼ਿਲ੍ਹਾ ਐਵਂ ਰਾਜਿਆ ਦੋਨੋਂ ਸਤਰੋਂ ਪਰ ਅਧਿਕਸ਼ਤਾ ਦੀ ਜਾਏਗੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਆਗਾਮੀ ਵਿਧਾਨ ਸਭਾ ਚੁਣਾਵ ਮੇਂ ਪਾਰਟੀ ਕਾਰਜਕਰਤਾਓਂ ਮੇਂ ਆਪਣੇ ਨਏ ਢਾਂਚੇ ਕੋ ਨੀਚੇ ਸੇ ਉੱਪਰ ਤੱਕ ਏਕ ਚੁਣਾਵੀ ਪ੍ਰਣਾਲੀ ਕੇ ਮਾਧਿਅਮ ਸੇ ਸਥਾਪਿਤ ਕਰੇਗੀ। ਕਈ ਮੰਗ ਇੱਥੇ ਪੁੱਛੀ ਸੀ ਕਿ ਕਈ ਪਰਿਵਾਰਾਂ ਦੇ ਦੋ ਦੋ ਤਿੰਨ ਤਿੰਨ ਲੋਕ ਇਲੈਕਸ਼ਨ ਲੜ ਰਹੇ ਆ, ਸੋ ਇੱਕ ਇਲੈਕਸ਼ਨ ਇੱਕ ਟਿਕਟ ਪਰਿਵਾਰ ਦੀ, ਉਹ ਅਸੀਂ ਇੱਕ ਅਨਾਊਂਸ ਕਰ ਰਹੇ ਹਾਂ ਕਿ ਇੱਕੋ ਹੀ ਟਿਕਟ ਇੱਕ ਪਰਿਵਾਰ ਨੂੰ ਦਿੱਤੀ ਜਾਊਗੀ ਇਲੈਕਸ਼ਨ ਵਾਸਤੇ। ਪੰਜਾਬੀਆਂ ਦੀ ਆਣ ਅਤੇ ਸ਼ਾਨ, ਪੰਜਾਬੀਆਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਪੂਰੇ ਇੰਨਾ ਤਕੜਾ ਬਣਾ ਦੇਣਾ ਕਿ ਅਗਲੇ ਅਗਲੇ ਸਾਲਾਂ 'ਚ ਪੰਜਾਬ ਵਿੱਚ ਜੇ ਲੋਕ ਇਕੱਲਾ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੁਣ, ਸੋ ਇਸ ਕਰਕੇ ਪਹਿਲੀ ਚੀਜ਼ ਮੈਂ ਇੱਕ ਅਨਾਊਂਸ ਕਰਨ ਲੱਗਿਆ। ਇੱਕ ਤਾਂ ਅਸੀਂ ਇੱਕ ਡਿਸਪਲਿਨਰੀ ਕਮੇਟੀ ਬਣਾਈ ਸੀ, ਉਹ ਅਨਾਊਂਸ ਕਰਤੀ ਅਸੀਂ, ਕਿਉਂਕਿ ਡਿਸਪਲਿਨ ਦੇ ਬਗੈਰ ਕੋਈ ਘਰ ਨਹੀਂ ਚੱਲ ਸਕਦਾ, ਕੋਈ ਪਾਰਟੀ ਨਹੀਂ ਚੱਲ ਸਕਦੀ। ਹਰ ਅਕਾਲੀ ਵਰਕਰ ਨੂੰ ਹੱਕ ਆ ਆਪਣੀ ਗੱਲ ਰੱਖਣਾ, ਪਰ ਹਰ ਹੱਕ ਵਾਸਤੇ ਇੱਕ ਫੋਰਮ ਹੈ। ਸੋ ਜਿਹਨੇ ਵੀ ਕੋਈ ਆਪਣੀ ਵਿਚਾਰ ਰੱਖਣੇ ਹੈ ਪਾਰਟੀ ਵਿੱਚ, ਪਾਰਟੀ ਦੀ ਆਰਗਨਾਈਜੇਸ਼ਨ ਵਿੱਚ ਰੱਖ ਲੈਣ, ਪਰ ਜਿਹੜੇ ਲੋਕ ਮੀਡੀਆ 'ਚ ਆ ਕੇ ਗੱਲਾਂ ਕਰਨ, ਉਹ ਪਾਰਟੀ ਦਾ ਇਨਡਿਸਪਲਿਨ ਹੈ। ਕਿਸੇ ਵੀ ਪਾਰਟੀ ਦੀ ਗੱਲ ਹੋਏ, ਹਰ ਪਾਰਟੀ ਦਾ ਆਪਣਾ ਆਪਣਾ ਫੋਰਮ ਹੈ। ਸੋ ਅਸੀਂ ਵੀ ਫੋਰਮ ਬਣਾਇਆ, ਸੋ ਪਾਰਟੀ ਦੇ ਡਿਸਪਲਿਨ ਕਾਇਮ ਕਰਨ ਵਾਸਤੇ ਅਸੀਂ ਮਲੂਕਾ ਸਾਹਿਬ ਦੀ ਅਗਵਾਈ ਵਿੱਚ ਇੱਕ ਅਸੀਂ ਡਿਸਪਲਿਨ ਬੋਰਡ ਬਣਾਇਆ। ਸੋ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਨਾ ਚਾਹੁੰਦਾ, ਪਾਰਟੀ ਨੂੰ ਤਕੜਾ ਰੱਖੀਏ, ਅਤੇ ਸਾਰਿਆਂ ਨੂੰ ਬੇਨਤੀ ਕਰਨਾ, ਜੇ ਕੋਈ ਵੀ ਸਮੱਸਿਆ ਕੋਈ ਹੈ, ਤੁਹਾਡੇ ਮਨ 'ਚ ਕੋਈ ਸ਼ਿਕਾਇਤ ਹੈ ਕਿਸੇ ਖਿਲਾਫ਼ ਜਾਂ ਕਿਸੇ ਨੇ ਗੱਲ ਕਰਨੀ ਹੈ, ਮੀਡੀਆ 'ਚ ਨਹੀਂ ਜਾਣਾ। ਜੇ ਗੱਲ ਕਰਨੀ ਹੈ ਸਿੱਧੇ ਪਾਰਟੀ ਦੀ ਲੀਡਰਸ਼ਿਪ ਨਾਲ ਕਰ ਲਓ, ਜਾਂ ਮੇਰੇ ਕੋਲ ਆ ਜਾਓ, ਅਤੇ ਅਸੀਂ ਤੁਹਾਡੀ ਹਰ ਗੱਲ ਸੁਣਾਂਗੇ ਅਤੇ ਹਰ ਗੱਲ ਦਾ ਉਹਦਾ ਹੱਲ ਦੇਵਾਂਗੇ। ਸੋ ਇੱਕ ਤਾਂ ਦੂਜੀ ਗੱਲ, ਜਿਹੜੀ ਵੱਡੀ ਗੱਲ ਅਸੀਂ ਕਰ ਰਹੇ ਹਾਂ, ਇੱਕ ਅਸੀਂ ਮੈਂ ਅਨਾਊਂਸ ਕਰ ਰਿਹਾ ਕਿ ਪਾਰਟੀ ਦਾ ਇੱਕ ਪਾਰਲੀਮੈਂਟਰੀ ਬੋਰਡ ਬਣਾਇਆ ਜਾਊਗਾ, ਜਿਹੜਾ ਐਗਜ਼ਾਮਿਨ ਕਰੂਗਾ ਹਲਕਿਆਂ ਵਿੱਚ। ਕਈ ਹਲਕੇ ਆ ਜਿੱਥੇ ਆਪਾਂ ਕੈਂਡੀਡੇਟ ਚੰਗੇ ਸਾਨੂੰ ਲਿਆਉਣ ਦੀ ਲੋੜ ਹੈ, ਕਈ ਹੈ ਜਿੱਥੇ ਲੋਕਾਂ ਦੀਆਂ ਦੋ ਦੋ ਤਿੰਨ ਤਿੰਨ ਲੋਕ ਹੈ। ਸੋ ਜਿਹੜਾ ਪਾਰਲੀਮੈਂਟਰੀ ਬੋਰਡ ਬਣਾਇਆ ਜਾਊਗਾ, ਉਹ ਐਗਜ਼ਾਮਿਨ ਕਰੂਗਾ ਕਿ ਕਿਹੜੀ ਹਲਕੇ ਵਾਸਤੇ ਬੈਸਟ ਸੂਟਡ ਕਿਹੜਾ, ਉਹ ਆਪਸ਼ਨ ਫਿਰ ਪ੍ਰੈਜੀਡੈਂਟ ਨੂੰ ਭੇਜਣਗੇ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਥੱਲੇ ਤੱਕ ਕੰਸਲਟੇਸ਼ਨ ਹੋ ਕੇ ਬੈਸਟ ਉਮੀਦਵਾਰ ਜੋ ਲੋਕਾਂ ਦੀਆਂ ਭਾਵਨਾ ਸਮਝਦੇ ਹੈ, ਜੋ ਜ਼ਮੀਨ ਨਾਲ ਜੁੜੇ ਹੈ, ਉਹ ਚੁਣੇ ਜਾਣ। ताज़ा अपडेट्स और बड़ी खबरों के लिए सब्सक्राइब करें आज प्रकाश टीवी और बेल आइकन दबाना ना भूलें।